ਜਿਹੜੇ ਨਿੰਦਕ ਲੋਕ ਗੁਰੂ ਘਰ ਦੀ ਸੋਭਾ ਚੜ੍ਹਦੀ ਕਲਾ ਸੰਗਤਾਂ ਨੂੰ ਨਾਮ ਜਪਦਿਆਂ ਦੇਖ ਕੇ ਵੀ ਖੁਸ਼ ਨਹੀਂ ਆ। ਉਹ ਵੱਡੇ ਵਿਦਵਾਨ ਜਿਹੜੇ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਕੇ ਮੂੰਹ ਤੇ ਦਾੜੇ ਪ੍ਰਕਾਸ਼ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਹੀ ਬਾਣੀ ਪੜ੍ਹਨ ਵਾਲਿਆਂ ਦੀ ਨਿੰਦਾ ਕਰਦੇ ਨੇ, ਜਿਹੜੀ ਗੁਰੂ ਦੀ ਹਜ਼ੂਰ ਆਉਣ ਵਾਲੀ ਸਾਧ ਸੰਗਤ ਨੂੰ ਭੀੜ ਦੱਸਦੇ ਨੇ, ਜਿਹੜੇ ਗੁਰੂ ਸਾਹਿਬ ਦੀ ਬਾਣੀ ਨੂੰ ਪੜਦਿਆਂ ਵੇਖ ਕੇ ਸਹਾਰ ਨਹੀਂ ਸਕਦੇ, ਕਰਦਿਆਂ ਚੁਪਹਿਰਾ ਸਾਹਿਬ ਦੀ ਨਿੰਦਾ ਕਰਨ ਵਾਲੇ ਉਹਨਾਂ ਮਹਾਨ ਵਿਦਵਾਨਾਂ ਦੀ, ਜਿਹੜੇ ਲੋਕ ਚੁਪਹਿਰਾ ਸਾਹਿਬ ਦੀ ਨਿੰਦਾ ਕਰਦੇ ਨੇ। ਆਓ ਪਹਿਲਾਂ ਸਾਡੇ ਵਾਸਤੇ ਇਹ ਗੱਲ ਜਾਣਨੀ ਬਹੁਤ ਜ਼ਰੂਰੀ ਹੈ ਵੀ ਚੁਪਹਿਰਾ ਸਾਹਿਬ ਹੈ ਕੀ। ਚੁਪਹਿਰਾ ਸਾਹਿਬ ਦਿਨ ਦੇ 8 ਪਹਿਰ ਨੇ, ਉਹਨਾਂ ਵਿੱਚੋਂ ਇੱਕ ਚੌਥਾ ਪਹਿਰ ਹੈ ਜਿਹਦੇ ਵਿੱਚ ਸੰਗਤਾਂ ਨਾਮ ਬਾਣੀ ਪੜਦੀਆਂ ਨੇ। ਤੇ ਲੋਕ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਆ ਵੀ ਇਹਨਾਂ ਨੇ ਅੰਮ੍ਰਿਤ ਵੇਲਾ ਬਦਲ ਕੇ ਇਹਨਾਂ ਨੇ ਚੁਪਹਿਰੇ ਦੀ ਮਰਿਆਦਾ ਚਲਾ ਦੇਣੀ ਹੈ। ਸੋ ਇੱਥੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਅੰਮ੍ਰਿਤ ਵੇਲਾ ਜਿਹੜਾ ਹੈ, ਅੰਮ੍ਰਿਤ ਵੇਲੇ ਦਾ ਉਪਦੇਸ਼ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ ਹੋਇਆ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖਾਂ ਤੋਂ ਬਾਣੀ ਪੜ੍ਹਨੀ ਹੈ। ਪਰ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਵਾਸਤੇ ਅੰਮ੍ਰਿਤ ਵੇਲਾ ਏ, ਕਿਹਨਾਂ ਵਾਸਤੇ? ਜਿਹੜਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਉਹਨਾਂ ਲਈ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੀ ਵਡਿਆਈ ਕਰਦੇ ਨੇ, ਉਹਨੂੰ ਯਾਦ ਕਰਦੇ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵੀ ਮਾੜੇ ਕਰਮ ਕਰਦੇ ਨੇ, ਉਹਨਾਂ ਵਾਸਤੇ ਕੋਈ ਅੰਮ੍ਰਿਤ ਵੇਲਾ ਨਹੀਂ ਹੈ। ਤੇ ਚੁਪਹਿਰਾ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਜਿਵੇਂ ਇੱਕ ਦੁੱਧ ਦਾ ਬਹੁਤ ਵੱਡਾ ਕੜਾਹਾ ਭਰਿਆ ਪਿਆ ਨਾ ਪਿਆਰਿਓ, ਤੇ ਉਹਦੇ ਵਿੱਚ ਥੋੜੇ ਜੇ ਦਹੀਂ ਦੀਆਂ ਬੂੰਦਾਂ ਪੈ ਜਾਣ ਤੇ ਉਹ ਪੂਰੇ ਦੁੱਧ ਦੇ ਬਾਟੇ ਨੂੰ ਜਾਗ ਲੱਗ ਜਾਂਦਾ ਹੈ। ਇਸੇ ਤਰ੍ਹਾਂ ਚੁਪਹਿਰਾ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਅੱਜ ਨਾ ਸਹੀ, ਥੋੜੇ ਸਮੇਂ ਬਾਅਦ ਸਹੀ, ਇੱਕ ਨਾ ਇੱਕ ਦਿਨ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦਾ ਜਾਗ ਵੀ ਲੱਗ ਹੀ ਜਾਣਾ ਹੈ। ਜਿਹੜਾ ਬੱਚਾ ਸਕੂਲੇ ਪੜ੍ਹਨ ਆਉਣ ਲੱਗ ਗਿਆ ਉਹਨੂੰ ਇੱਕ ਨਾ ਇੱਕ ਦਿਨ ਉਹ ਸਿੱਖਿਆ ਪ੍ਰਾਪਤ ਹੋਈ ਜਾਣੀ ਹੈ ਜਿਹੜੀ ਸਿੱਖਿਆ ਉਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਵਾਸਤੇ ਸਥਿਰ ਰਹਿਣੀ, ਕੋਈ ਖੋ ਨਹੀਂ ਸਕੇਗਾ। ਅਸੀਂ ਘਰੇ ਬੈਠੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੀ ਨਿੰਦਾ ਕਰਦੇ ਹਾਂ, ਤੇ ਆਓ ਗੱਲਬਾਤ ਕਰੀਏ ਵੀ ਚੁਪਹਿਰਾ ਸਾਹਿਬ ਜਿਹੜੀਆਂ ਸੰਗਤਾਂ ਕੱਟਦੀਆਂ ਨੇ ਕਿੱਥੇ ਕੱਟਦੀਆਂ ਨੇ? ਚੁਪਹਿਰਾ ਸਾਹਿਬ ਕੱਟਦੀਆਂ ਨੇ ਸੰਗਤਾਂ ਧੰਨ ਧੰਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ। ਬਾਬਾ ਦੀਪ ਸਿੰਘ ਸਾਹਿਬ ਜੀ ਕੌਣ ਨੇ? ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਉਂਦੇ ਜੀ ਜਿੰਦਾ ਸ਼ਹੀਦ ਦਾ ਦਰਜਾ ਦੇ ਕੇ ਨਵਾਜਿਆ ਸੀ। ਬਾਬਾ ਦੀਪ ਸਿੰਘ ਸਾਹਿਬ ਕੌਣ ਨੇ? ਬਾਬਾ ਦੀਪ ਸਿੰਘ ਸਾਹਿਬ ਜੀ ਉਹ ਨੇ ਜਿਨ੍ਹਾਂ ਨੇ 12 ਸਾਲ ਦਾ ਸਮਾਂ ਲਾ ਕੇ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ 4 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨ ਸਰੂਪ ਹੱਥ ਦੇ ਨਾਲ ਲਿਖੇ ਹੋਏ ਨੇ। ਜੇ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ, ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਾਰੇ ਸਰੂਪ ਚਾਰੇ ਦਖਤਾਂ ਦੇ ਪ੍ਰਾਜਮਾਨ ਨੇ, ਪ੍ਰਕਾਸ਼ਮਾਨ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਕੌਣ ਨੇ? ਬਾਬਾ ਦੀਪ ਸਿੰਘ ਸਾਹਿਬ ਉਹ ਸ਼ਹੀਦ ਨੇ ਜਿਨ੍ਹਾਂ ਨੇ ਸਿਰ ਲੱਥੇ ਤੇ ਵੀ ਖੰਡਾ ਖੜਕਾ ਕੇ ਵੈਰੀ ਦੀਆਂ ਭਾਜੜਾਂ ਲਵਾਈਆਂ ਹੋਈਆਂ ਨੇ। ਉਹ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਸਾਡੇ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਸੀਸ ਆ ਸਿਰ ਜਿਹੜਾ ਚਾਰ ਪੁੱਤ ਵਰ ਕੇ ਕਿਸੇ ਅੱਗੇ ਨਹੀਂ ਚੁੱਕਿਆ, ਜਿਨ੍ਹਾਂ ਦਾ ਆ ਸਿਰ ਪਿਤਾ ਵਰ ਕੇ ਨਹੀਂ ਚੁੱਕਿਆ, ਸਰਵੰਸ ਵਰ ਕੇ ਕਿਸੇ ਅੱਗੇ ਨਹੀਂ ਚੁੱਕਿਆ, ਕਿਸੇ ਤਾਕਤ ਤਲਵਾਰ ਅੱਗੇ ਮੁਗਲ ਬਾਦਸ਼ਾਹ ਅੱਗੇ ਨਹੀਂ ਸੀ ਚੁੱਕਿਆ, ਉਹ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਚੁੱਕਿਆ ਸੀ। ਉਹ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਚਾਹੁੰਦੇ ਤੇ ਚਾਹੁੰਦੇ ਪਾਤਸ਼ਾਹ ਤਾਂ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਗੁਰਤਾ ਗੱਦੀ ਦੇ ਕੇ ਨਵਾਜ ਦਿੰਦੇ, ਪਰ ਮਹਾਰਾਜ ਨੇ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਪੇ। ਮਹਾਰਾਜ ਕਹਿੰਦੇ ਇਹਨ ਪੁੱਤਰਨ ਕੇ ਸੀਸ ਪੇ, ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਮਹਾਰਾਜ ਨੇ ਸਾਨੂੰ ਜਿਉਂਦੇ ਰੱਖਣ ਲਈ ਆਪਣੇ ਸਾਹਿਬਜ਼ਾਦੇ ਸਾਡੇ ਉੱਤੋਂ ਵਾਰ ਦਿੱਤੇ। ਮਹਾਰਾਜ ਨੇ ਆਪਣੇ ਆਪ ਤੋਂ ਵੀ ਵੱਧ
ਵੱਧ ਜੇ ਕਿਸੇ ਦੀ ਪ੍ਰਸ਼ੰਸਾ ਕਰਵਾਈ ਹੈ, ਪ੍ਰਸਿੱਧੀ ਕਰਵਾਈ ਹੈ ਨਾ, ਮਹਾਰਾਜ ਨੇ ਆਪਣੇ ਯੋਧਿਆਂ ਦੀ ਕਰਵਾਈ ਹੈ। ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ, ਖਾਲਸੇ ਨੂੰ ਆਪਣਾ ਖਾਸ ਰੂਪ ਪਾਤਸ਼ਾਹ ਨੇ ਕਿਹਾ। ਮਹਾਰਾਜ ਨੇ ਕਿਤੇ ਨਹੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਖਾਸ ਹੈ, ਮਹਾਰਾਜ ਨੇ ਕਿਤੇ ਨਹੀਂ ਕਿਹਾ ਵੀ ਮੇਰੇ ਪੁੱਤਰ ਖਾਸ ਨੇ, ਮਹਾਰਾਜ ਨੇ ਕਿਹਾ ਇਹ ਖਾਲਸਾ ਮੇਰਾ ਖਾਸ ਰੂਪ ਹੈ, ਤੇ ਜੇ ਗੁਰੂ ਗੋਬਿੰਦ ਸਿੰਘ ਕਿਤੇ ਵਾਸ ਕਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਇਸ ਖਾਲਸੇ ਵਿੱਚ ਵਾਸ ਕਰਦਾ ਹੈ। ਚੁਪਹਿਰੇ ਸਾਹਿਬ ਜੀ ਦੇ ਵਿੱਚ ਪਿਆਰਿਓ ਕੋਈ ਵੀ VIP ਕਲਚਰ ਨਹੀਂ ਹੈ, ਉੱਥੇ ਕਿਸੇ ਨੂੰ ਮੱਥਾ ਨਹੀਂ ਟੇਕਿਆ ਜਾਂਦਾ, ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੱਥਾ ਟੇਕਿਆ ਜਾਂਦਾ। ਇਹ ਵਿਰੋਧ ਕਰਨ ਵਾਲੇ ਲੋਕ ਇਸ ਗੱਲ ਦਾ ਜਵਾਬ ਦੇਣ ਵੀ ਜਦੋਂ ਜਦੋਂ ਸਿਰਾਂ ਤੇ ਦਸਤਾਰਾਂ ਤੇ ਮੂੰਹਾਂ ਤੇ ਦਾੜੇ ਪ੍ਰਕਾਸ਼ ਕਰਕੇ ਲੋਕ ਮਾਫ਼ ਕਰਿਓ, ਲੋਕ ਜਦੋਂ ਚਰਚਾ ਵਿੱਚ ਜਾਂਦੇ ਨੇ ਉਦੋਂ ਸੌਖੇ ਰਹਿੰਦੇ ਹੋ, ਜਦੋਂ ਲੋਕ ਡੇਰਿਆਂ ਤੇ ਜਾਂਦੇ ਆ, ਬਿਆਸ ਵਾਲਿਆਂ ਤੇ ਜਾਂਦੇ ਆ, ਕਬਰਾਂ ਤੇ ਜਾ ਕੇ ਮੱਥੇ ਟੇਕਦੇ ਆ, ਜਦੋਂ ਨਸ਼ੇੜੀਆਂ ਦੇ ਸ਼ਰਾਬਾਂ ਪੀਣ ਵਾਲਿਆਂ ਦੇ ਬੀੜੀਆਂ ਪੀਣ ਵਾਲਿਆਂ ਦੇ ਪੈਰਾਂ 'ਚ ਜਾ ਕੇ ਬਹਿੰਦਾ ਇੱਕ ਗੁਰਸਿੱਖ ਬੰਦਾ, ਜਦੋਂ ਇੱਕ ਗੁਰਸਿੱਖ ਬੰਦਾ ਉਹ ਪਖੰਡੀ ਬਗੇਸ਼ਵਰ ਧਾਮ ਵਿੱਚ ਬੈਠੇ ਦੇ ਪੈਰ ਆਪਦੀ ਦਾੜੀ ਦੇ ਨਾਲ ਸਾਫ਼ ਕਰਦਾ, ਫਿਰ ਸੌਖੇ ਰਹਿੰਦੇ ਹੋ? ਉਦੋਂ ਤੁਹਾਡਾ ਵਿਰੋਧ ਕਿੱਥੇ ਜਾਂਦਾ? ਉਦੋਂ ਤੁਹਾਡੀ ਗੁਰਮਤਿ ਕਿੱਥੇ ਚੱਲ ਜਾਂਦੀ? ਉਦੋਂ ਨੀ ਤੁਹਾਡੇ ਮਨ ਨੂੰ ਠੇਸ ਪਹੁੰਚ ਰਹੀ? ਅੱਜ ਗੁਰੂ ਦੀ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਜਾਗ ਲੱਗ ਰਿਹਾ ਸੰਗਤਾਂ ਨੂੰ, ਜਿਨ੍ਹਾਂ ਵੀਰਾਂ ਦੇ ਸਿਰਾਂ ਤੇ ਅਜੇ ਕੇਸ ਨਹੀਂ, ਉਹ ਵੀਰ ਮੈਂ ਚੁਪਹਿਰੇ ਸਾਹਿਬ ਦੇ ਵਿੱਚ ਮੂੰਹ ਜਵਾਨੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਦੇਖੇ ਆ। ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ ਨਾ, ਉਹ ਵੀ ਸਮਾਧੀਆਂ ਮਾਰ ਕੇ ਚੌਂਕੜੇ ਮਾਰ ਕੇ ਬਾਣੀ ਪੜ੍ਹਦੇ ਦੇਖੇ ਆ। 4 ਘੰਟੇ ਬਾਣੀ ਪੜ੍ਹਨੀ ਚੌਂਕੜੇ ਮਾਰ ਕੇ ਸੌਖੀ ਗੱਲ ਨਹੀਂ ਹੁੰਦੀ। ਅੱਜ ਸਾਡੇ ਜੀਵਨ ਦੇ ਵਿੱਚ ਇੰਨੇ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਦੱਸਦੇ ਨੇ ਵੀ ਅਸੀਂ ਚੁਪਹਿਰਾ ਸਾਹਿਬ ਦੀ ਬਾਣੀ ਪੜ੍ਹਦੇ ਸੀ ਜਾ ਕੇ, ਜਦੋਂ ਚੁਪਹਿਰਾ ਸਾਹਿਬ ਦੇ ਵਿੱਚ ਬਾਣੀ ਪੜ੍ਹਦੇ ਹੁੰਦੇ ਸੀ ਅਸੀਂ ਜਾ ਕੇ, ਤੇ ਉਸ ਥਾਂ ਤੇ ਬਾਣੀ ਪੜ੍ਹਨ ਦੇ ਨਾਲ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਮਿਲੀ ਹੈ। ਤੇ ਕਿੰਨੀਆਂ ਗੁਰਮੁਖ ਪਿਆਰੀਆਂ ਰੂਹਾਂ ਨੇ ਜਿਨ੍ਹਾਂ ਦੇ ਸਰੀਰਕ ਰੋਗ, ਕਈ ਮਾਨਸਿਕ ਰੋਗ ਉਸ ਸਥਾਨ ਤੇ ਬਾਣੀ ਪੜ੍ਹਨ ਦੇ ਨਾਲ ਠੀਕ ਹੋਏ ਆ। ਇਹ ਉਸ ਥਾਂ ਦੀ ਵਡਿਆਈ ਕਰਵਾਉਣ ਵਾਲਾ ਪ੍ਰਮਾਤਮਾ ਹੈ, ਉਹ ਮਹਾਰਾਜ ਦੀ ਬਖਸ਼ਿਸ਼ ਹੈ। ਹਰ ਇੱਕ ਥਾਂ ਦੀ ਵਡਿਆਈ ਨਹੀਂ ਹੁੰਦੀ, ਪਰ ਉਸ ਥਾਂ ਦੀ ਵਡਿਆਈ ਇਸ ਕਰਕੇ ਕਿਉਂਕਿ ਉਸ ਥਾਂ ਤੇ ਪੜ੍ਹੀ ਜਾਣ ਵਾਲੀ ਬਾਣੀ ਬੜੀ ਮਹਾਨ ਹੈ। ਹੁਣ ਗੱਲ ਕਰੀਏ ਚੁਪਹਿਰਾ ਸਾਹਿਬ ਦੇ ਵਿੱਚ ਬਾਣੀ ਕਿਹੜੀ ਕਿਹੜੀ ਪੜ੍ਹੀ ਜਾਂਦੀ ਹੈ। ਚੁਪਹਿਰਾ ਸਾਹਿਬ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਜਪਜੀ ਸਾਹਿਬ ਦੀ ਬਾਣੀ। ਪਹਿਲਾਂ 5 ਜਪਜੀ ਸਾਹਿਬ ਦੇ ਜਾਪ ਹੁੰਦੇ ਨੇ। ਜਪਜੀ ਸਾਹਿਬ ਦੀ ਬਾਣੀ ਕਿਹਨਾਂ ਨੇ ਉਚਾਰਨ ਕੀਤੀ ਹੈ? ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ। ਤੇ ਆਓ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਜਾਵਾਂ ਵੀ ਜਪਜੀ ਸਾਹਿਬ ਦੀ ਬਾਣੀ ਦੀ ਕੀ ਮਹਾਨਤਾ ਹੈ, ਜਪਜੀ ਸਾਹਿਬ ਦੀ ਬਾਣੀ ਕਿੰਨੀ ਕੁ ਜ਼ਿਆਦਾ ਅਮੁੱਲਕ ਹੈ। ਜਿਹੜਾ ਜਿਹੜਾ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਹੈ ਉਹਦੇ ਦੁੱਖ ਰੋਗ ਕੱਟਣ ਦਾ, ਜੇ ਮਾਣ ਨਾਲ ਕਹਿ ਦਈਏ ਨਾ, ਠੇਕਾ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੈਂ ਹੀ ਲਿਆ ਹੋਇਆ ਹੈ। ਮਹਾਰਾਜ ਕਹਿੰਦੇ ਜਪਜੀ ਸਾਹਿਬ ਵਿੱਚ ਮਹਾਰਾਜ ਕਹਿੰਦੇ ਹੈ ਸੁਣੇ ਹਾਥ ਹੋਵੇ ਅਸਗਾਹੋ। ਮਹਾਰਾਜ ਕਹਿੰਦੇ ਵੀ ਸੁਣਨ ਦੇ ਨਾਲ ਕਿਹੜਾ ਕਾਰਜ ਆ ਜਿਹੜਾ ਜਪਜੀ ਸਾਹਿਬ ਦੀ ਬਾਣੀ ਸੁਣਨ ਦੇ ਨਾਲ ਨਹੀਂ ਸਿੱਧ ਹੁੰਦਾ? ਸੁਣੇ ਸਿੱਧ ਪੀਰ ਸਰਨਾਥ, ਸੁਣੇ ਧਰਤ ਤਵਲ ਆਕਾਸ, ਸੁਣੇ ਦੀਪ ਲੋ ਪਤਾਲ, ਸੁਣੇ ਪੋਹੇ ਨਾ ਸਕੇ ਕਾਲ, ਨਾਨਕ ਭਗਤਾ ਸਰ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਵੱਡਾ ਸਾਹਿਬ, ਸਾਹਿਬ ਵੱਡਾ ਏ, ਵੱਡਾ ਸਾਹਿਬ ਉੱਚਾ ਥਾਓ, ਉਹਦਾ ਥਾਂ ਵੀ ਉੱਚਾ ਏ, ਉਸ ਤੋਂ ਉੱਪਰ ਕੀ ਹੈ ਉੱਚੇ ਉੱਪਰ ਉੱਚਾ ਨਾਓ, ਉਸ ਤੋਂ ਵੀ ਵੱਡਾ, ਉਸ ਸਾਹਿਬ ਤੋਂ ਵੀ ਉੱਚਾ ਉਹਦਾ ਨਾਮ ਹੈ, ਤੇ ਉਹਦਾ ਨਾਮ ਜਪਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਨਰਕਾਂ ਦੇ ਅਧਿਕਾਰੀ ਬਣਨਗੇ। ਜਿਹੜੇ ਲੋਕ ਆਪਣੇ ਆਪ ਨੂੰ ਮਹਾਨ ਦੱਸਦੇ ਨੇ, ਗੁਰੂ ਦੇ ਨਿੰਦਕ ਨੇ, ਗੁਰੂ ਨਾਲ ਜੁੜੀ ਹੋਈ ਸੰਗਤ ਦਾ ਵੀ ਵਿਰੋਧ ਕਰਦੇ ਨੇ, ਤੁਹਾਨੂੰ ਕਿਤੇ ਵੀ ਢੋਈ ਨਹੀਂ ਜੀ ਮਿਲਣੀ।
ਆਪਾਂ ਖੜੇ ਹੋਵਾਂਗੇ ਜੋੜਨ ਵਾਲਿਆਂ ਦੀ ਲਾਈਨ ਦੇ ਵਿੱਚ, ਤੇ ਤੋੜਨ ਵਾਲੇ ਖੜੇ ਹੋਣਗੇ ਤੋੜਨ ਵਾਲਿਆਂ ਦੀ ਲਾਈਨ ਦੇ ਵਿੱਚ। ਜਪਜੀ ਸਾਹਿਬ ਦੀ ਬਾਣੀ ਇੰਨੀ ਕੁ ਜ਼ਿਆਦਾ ਮਹਾਨ ਸ਼ਕਤੀਸ਼ਾਲੀ ਬਾਣੀ ਹੈ, ਜਿਸ ਬਾਣੀ ਨੂੰ ਪੜਦਿਆਂ ਪੜਦਿਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ 12 ਸਾਲ ਗਾਗਰ ਦੇ ਰਾਹੀਂ ਸੇਵਾ ਕਰਦੇ ਰਹੇ, ਪਾਣੀ ਢੋਂਦੇ ਰਹੇ। ਜਪਜੀ ਸਾਹਿਬ ਦੀ ਬਾਣੀ ਪੜਦਿਆਂ ਪੜਦਿਆਂ, ਜਪਜੀ ਸਾਹਿਬ ਦੀ ਬਾਣੀ ਪੜਦਿਆਂ ਪੜਦਿਆਂ ਸ਼ਹੀਦ ਭਾਈ ਮਤੀ ਦਾਸ ਜੀ 2 ਫੱਟਿਆਂ ਵਿੱਚ ਦਿੱਤੇ ਹੋਏ ਨੇ, ਸਿਰ ਤੇ ਰੱਖਿਆ ਹੋਇਆ ਇਹ ਆਰਾ, ਤੇ ਤਾਂ ਵੀ 2 ਫੱਟਿਆਂ ਵਿੱਚ ਦਿੱਤੇ ਹੋਏ ਸ਼ਹੀਦ ਭਾਈ ਮਤੀ ਦਾਸ ਜੀ ਦੇ ਸਿਰ ਉੱਤੇ ਆਰਾ ਰੱਖਿਆ ਹੋਇਆ ਹੈ, ਉਸ ਵੇਲੇ ਵੀ ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਪੜਦੇ ਆ। ਪੜੀਏ ਇਤਿਹਾਸ, ਤੇ ਉਸ ਵੇਲੇ ਮਾਣ ਮਹਿਸੂਸ ਹੁੰਦਾ ਸੱਚੇ ਪਾਤਸ਼ਾਹ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਜੀਓ, ਤੁਹਾਡੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਸ਼ਹਾਦਤ ਦਾ ਜਾਮ ਪੀਣ ਲੱਗਦੇ ਨੇ, ਤੇ ਉਸ ਤੋਂ ਪਹਿਲਾਂ ਜਿਹੜੀ ਬਾਣੀ ਦਾ ਜਾਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੜਦੇ ਨੇ, ਉਹ ਮਹਾਨ ਜਪਜੀ ਸਾਹਿਬ ਦੀ ਬਾਣੀ ਹੈ। ਬਾਣੀ ਪੜਦਿਆਂ ਪੜਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਕਹਿ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ, ਪਰ ਮਹਾਰਾਜ ਜੀ ਨੇ ਮੁਖ ਵਿੱਚੋਂ ਸੀ ਨਹੀਂ ਸੀ ਉਚਾਰੀ। ਉਹ ਮਹਾਨ ਜਪਜੀ ਸਾਹਿਬ ਦੀ ਬਾਣੀ ਹੈ, ਜਿਸ ਜਪਜੀ ਸਾਹਿਬ ਦੀ ਬਾਣੀ ਨੂੰ ਪੜਦਿਆਂ ਪੜਦਿਆਂ ਸਿੰਘਾਂ ਨੇ ਸਾਡੇ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਦੇ ਜਾਮ ਪੀ ਲਏ, ਪਰ ਮੁਖ ਦੇ ਵਿੱਚੋਂ ਸੀ ਨਹੀਂ ਸੀ ਉਚਾਰੀ। ਭਾਵੇਂ ਸਾਰਾ ਜੱਗ ਕਹਿੰਦਾ ਏ ਤੇਗ ਬਹਾਦਰ ਕੇ ਚਲਤ ਪਿਓ ਜਗਤ ਮੈਂ ਸੋਕ, ਹੈ ਸਭ ਜਗ ਪਿਓ ਜੈ 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 ਸੁਰ ਲੋਕ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ ਫਿਰ ਆਉਂਦੀ ਹੈ ਚੌਪੇ ਸਾਹਿਬ ਦੀ ਬਾਣੀ। 2 ਵਾਰ ਚੌਪੇ ਸਾਹਿਬ ਜੀ ਦੀ ਬਾਣੀ ਦਾ ਜਾਪ ਪੜਿਆ ਜਾਂਦਾ ਏ, ਤੇ ਆਓ ਇੱਕ ਵਾਰ ਮਾਛੀਵਾੜੇ ਦੇ ਜੰਗਲਾਂ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਪਏ ਨੇ, ਤੇ ਮਹਾਰਾਜ ਚੌਪੇ ਸਾਹਿਬ ਜੀ ਦੀ ਬਾਣੀ ਦਾ ਜਾਪ ਪੜਦੇ ਨੇ। ਪੜਦਿਆਂ ਪੜਦਿਆਂ ਮਹਾਰਾਜ ਕਹਿੰਦੇ, ਸੁਖੀ ਵਸੇ ਮੋਰੋ ਪਰਿਵਾਰਾ, ਸੁਖੀ ਵਸੇ ਮੋਰੋ ਪਰਿਵਾਰਾ। ਤੇ ਸਿੰਘਾਂ ਸਵਾਲ ਕੀਤਾ, ਪਾਤਸ਼ਾਹ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ, ਬਾਕੀ ਪਰਿਵਾਰ ਦਾ ਪਤਾ ਕੋਈ ਨਹੀਂ, ਤੇ ਸੁਖੀ ਵਸੇ ਮੋਰੋ ਪਰਿਵਾਰਾ ਕਿਵੇਂ ਪੜ ਰਹੇ ਜੇ? ਤੇ ਮਹਾਰਾਜ ਕਹਿੰਦੇ, ਸੇਵਕ ਸਿੱਖ ਸਭੇ ਕਰਤਾਰਾ। ਸੇਵਕ ਤੇ ਸਿੱਖ ਤੇ ਜਿੰਨੇ ਕਰਤਾਰ ਦੇ ਰਚੇ ਹੋਏ ਸਰੀਰ ਨੇ, ਉਹ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਹੈ। ਮਹਾਰਾਜ ਚੌਪੇ ਸਾਹਿਬ ਦੀ ਬਾਣੀ ਪੜਨ ਦਾ ਕੀ ਫਲ ਮਿਲੇਗਾ? ਮਹਾਰਾਜ ਕਹਿੰਦੇ, ਚੌਪੇ ਸਾਹਿਬ ਦੀ ਬਾਣੀ ਪੜਨ ਵਾਲਿਆਂ ਦੇ ਅੜੇ ਹੋਏ ਕੰਮ ਵੀ ਰਾਸ ਹੋਣਗੇ। ਜਿਹੜੇ ਕੰਮ ਅੜੇ ਹੁੰਦੇ ਨੇ, ਜਿਹੜੇ ਨਾਮੁਮਕਿਨ ਕਾਰਜ ਨੇ, ਉਹ ਕਾਰਜ ਵੀ ਰਾਸ ਹੋਣਗੇ ਜਿਹੜਾ ਵਿਅਕਤੀ ਆਪਣੇ ਮੁੱਖ ਤੋਂ ਚੌਪੇ ਸਾਹਿਬ ਦੀ ਬਾਣੀ ਪੜੇਗਾ। ਮਹਾਰਾਜ ਕਹਿੰਦੇ, ਅੜਲ ਅੜੇ ਹੋਏ ਕੰਮ ਅੜਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵੀ। ਜਿਹੜਾ ਚੌਪੇ ਸਾਹਿਬ ਦੀ ਬਾਣੀ ਇੱਕ ਵਾਰ ਪੜਨ ਦੇ ਨਾਲ ਸੁਣ ਵੀ ਲਏਗਾ ਨਾ, ਗੁੰਗਾ ਉਹਨੂੰ ਵੀ ਵਾਹਿਗੁਰੂ ਰਸਨਾ ਬਖਸ਼ ਰਹੇਗਾ। ਸੁਣੇ ਮੂੜ ਚਿਤ ਲਾਏ ਚਿਤਰਤਾ ਆਵੇ, ਜਿਹੜਾ ਮੂਰਖ ਵੀ ਚੌਪੇ ਸਾਹਿਬ ਦੀ ਬਾਣੀ ਚਿਤ ਲਾ ਕੇ ਸੁਣ ਲਏਗਾ, ਉਹਦੇ ਵਿੱਚ ਵੀ ਸਿਆਣ ਪਾ ਜਾਏਗੀ। ਦੁੱਖ ਦਰਦ ਭੌ ਨਿਕਟ ਨਾ ਤਿੰਨ ਨਰਕੇ ਰਹੇ। ਮਹਾਰਾਜ ਕਹਿੰਦੇ, ਦੁੱਖ ਦਰਦ ਭੌ ਉਸ ਵਿਅਕਤੀ ਦੇ ਨੇੜੇ ਤੇੜੇ ਨਹੀਂ ਜੇ ਆ ਸਕਦੇ, ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੇ। ਜਿਹੜਾ ਇੱਕ ਵਾਰ ਚੌਪੇ ਸਾਹਿਬ ਦੀ ਬਾਣੀ ਪੜ ਲੇਗਾ, ਉਹਦੇ ਨੇੜੇ ਤੇੜੇ ਵੀ ਕੋਈ ਦੁੱਖ ਨਹੀਂ ਜੇ ਆ ਸਕਦੇ। ਇਹ ਚੌਪੇ ਸਾਹਿਬ ਦੀ ਬਾਣੀ ਦਾ ਮਹੱਤਵ ਹੈ। ਉਸ ਤੋਂ ਬਾਅਦ ਪੜ੍ਹੀ ਜਾਂਦੀ ਹੈ ਚੁਪਹਿਰੇ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ 24 ਸਲੋਕ ਨੇ, 24 ਅਸ਼ਟਪਦੀਆਂ ਨੇ, ਤੇ ਇੱਕ ਬੰਦਾ ਇੱਕ ਦਿਨ ਦੇ ਵਿੱਚ 24,000 ਸਵਾਸ ਲੈਂਦਾ ਹੈ। ਤੇ ਮਹਾਰਾਜ ਕਹਿੰਦੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਇਹ ਸੁੱਖਾਂ ਦੀ ਬਾਣੀ ਦਾ ਜਿਹੜਾ ਵਾਸ ਹੈ, ਇਹ ਭਗਤਾਂ ਦੇ ਹਿਰਦਿਆਂ ਵਿੱਚ ਹੁੰਦਾ ਹੈ। ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹਦੇ ਬਾਬਤ ਮਹਾਰਾਜ, ਸੁਖਮਨੀ ਸਾਹਿਬ ਜੀ ਦੀ ਬਾਣੀ ਕਿਹਨਾਂ ਦੀ ਉਚਾਰਨ ਕੀਤੀ ਹੋਈ। ਬੇਸ਼ੱਕ ਹੋ ਸਕਦਾ ਮੇਰਾ ਲਾਈਵ ਲੰਬਾ ਹੋ ਜਾਏ, ਪਰ ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਵੀ
ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਡਿਊਟੀ ਸਮਝਦੇ ਹੋਏ ਇਸ ਲਾਈਵ ਨੂੰ ਸ਼ੇਅਰ ਕਰਨਾ ਵੀ ਜਿਹੜੇ ਲੋਕ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਬਾਣੀ ਪੜਨ ਜਾਣ ਵਾਲਿਆਂ ਨੂੰ ਪਖੰਡ ਦਾ ਨਾਮ ਦਿੰਦੇ ਨੇ ਵੀ ਇਹ ਪਖੰਡ ਹੈ, ਉਹ ਪਖੰਡ ਨਹੀਂ ਹੈ ਪਿਆਰਿਓ। ਪਖੰਡ ਤੇ ਉਹ ਹੈ ਜਦੋਂ ਤੁਸੀਂ ਜਾ ਕੇ ਮਸੀਤਾਂ ਤੇ ਨੱਕ ਰਗੜਦੇ ਹੋ, ਜਦੋਂ ਤੁਸੀਂ ਜਾ ਕੇ ਮਸਤਾਂ ਦੇ ਪੈਰਾਂ ਵਿੱਚ ਬਹਿੰਦੇ ਹੋ, ਜਦੋਂ ਤੁਸੀਂ ਜਾ ਕੇ ਆਪਣੇ ਦਾੜਿਆਂ ਦੇ ਨਾਲ ਪਖੰਡੀਆਂ ਦੇ ਪੈਰ ਸਾਫ਼ ਕਰਦੇ ਹੋ, ਜਦੋਂ ਤੁਸੀਂ ਜਾ ਕੇ ਆਪਣੇ ਗੁਰੂ ਨੂੰ ਧੋਖਾ ਦੇ ਕੇ ਬਦਾਵਾ ਦੇ ਕੇ ਕਿਸੇ ਦੇਹਧਾਰੀ ਦੇ ਚਰਨਾਂ ਵਿੱਚ ਜਾ ਕੇ ਬਹਿੰਦੇ ਹੋ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਨਾਮ ਤੇ ਜਕਾਰੇ ਲਵਾਉਂਦੇ ਨੇ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨੰਗੀਆਂ ਪੁੰਗੀਆਂ ਦੇ ਸਿਫਤਾਂ ਗਾਉਂਦੇ ਨੇ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਸੋਲੇ ਗਾਉਂਦੇ ਨੇ, ਉਹ ਪਖੰਡ ਹੋ ਸਕਦਾ ਏ। ਪਰ ਮੈਂ ਬੇਨਤੀ ਕਰਾਂ, ਤੁਸੀਂ ਵੀ ਥੋੜੀ ਜਿਹੀ ਚੌਕਸ ਰਿਹਾ ਕਰੋ ਵੀ ਜਿਹੜੀ ਮਰਿਆਦਾ ਹੈ ਨਾ, ਮਰਿਆਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਚਲੋ ਨਵੇਕਲੀ ਮਰਿਆਦਾ ਹੋ ਸਕਦੀ ਹੈ, ਰਹਿਤ ਮਰਿਆਦਾ ਦੇ ਵਿੱਚ ਇੱਕ ਸਿੱਖ ਨੇ ਅੰਮ੍ਰਿਤ ਵੇਲਾ ਕਦੇ ਨਹੀਂ ਜੇ ਤਿਆਗਣਾ, ਜਿਹੜਾ ਗੁਰਸਿੱਖ ਹੈ ਅੰਮ੍ਰਿਤ ਵੇਲਾ ਕਦੇ ਨਹੀਂ ਜੇ ਤਿਆਗਦਾ। ਮਹਾਰਾਜ ਨੇ ਸਰਸਾ ਦੇ ਕੰਢੇ ਬੈਠ ਕੇ ਵੀ ਨਿਤਨੇਮ ਦਾ ਨਾਗਾ ਨਹੀਂ ਸੀ ਪਾਇਆ। ਸੋ ਕਈ ਇੱਕ ਲੋਕਾਂ ਦੇ ਵਿਚਾਰ ਆ ਵੀ ਜਿਹੜੇ ਚੁਪਹਿਰਾ ਸਾਹਿਬ ਵਿੱਚ ਆਉਂਦੇ ਉਹ ਅੰਮ੍ਰਿਤ ਵੇਲੇ ਨਹੀਂ ਉੱਠਦੇ। ਮੈਂ ਬੇਨਤੀ ਕਰਦੀ ਹਾਂ ਜਿਹੜੀਆਂ ਸੰਗਤਾਂ ਚੁਪਹਿਰਾ ਸਾਹਿਬ ਦੇ ਵਿੱਚ ਜਾਂਦੀਆਂ ਨੇ, ਹੋ ਸਕਦਾ ਉਹ ਮੇਰਾ ਲਾਈਵ ਸੁਣਨ, ਤੇ ਜੇ ਨਹੀਂ ਸੁਣਿਆ ਤੇ ਤੁਹਾਡੀ ਡਿਊਟੀ ਬਣਦੀ ਹੈ ਵੀ ਤੁਸੀਂ ਉਹਨਾਂ ਨੂੰ ਇਹ ਲਾਈਵ ਜ਼ਰੂਰ ਭੇਜੋ। ਮੇਰੀ ਬੇਨਤੀ ਹੈ ਚੁਪਹਿਰਾ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ।